सत श्री अकाल सारे दोस्तों, मैं थोड़ा अपना होस्ट एंड दोस्त हरपिंदर, तो तुम देख रहे हो हरपिंदरजीत सिंह स्टूडियोज़। सब तो पहला देशों विदेशों में वसते सारे दोस्तों भैन भरावों साड़ी ऑडियंस न मेरे वालों तो मेरी टीम वालों हैप्पी न्यू ईयर। परमात्मा करे थोड़ा इस साल दिन दुगनी रात चौगुनी तरक्की बख्शे। दोस्तों अज थोड़ी मुलाकात करावे जी पंजाबी सीरीयल के कमली इश्क की सीरीयल, तुम देखते ही होने सारे जने और करैक्टर कर रहे हैं रितिका चंदेलिया जी। आओ उन्होंने थोड़ी मुलाकात करवाने डे विद द सेलिब्रिटी का की करते हैं की नहीं करते सारी एक्टिविटी थानू दिखावे जी पंजाबी के सैट से। आओ चलते हैं जी पंजाबी के सैट से देखते इस टाइम की कर रहे हैं। आ जाओ जी, ਕਿਵੇਂ ਤੁਸੀਂ? ਬਹੁਤ ਵਧੀਆ, ਤੁਸੀਂ ਸੁਣਾਓ? ਬਿਨਾ ਦੱਸਿਆ ਅੱਜ ਆ ਗਏ ਹੈ। ਮੇਰੇ ਚੈਨਲ ਦਾ ਇੱਕ ਫਾਰਮੈਟ ਹੈ ਕਿ ਹਾਂਜੀ ਕਿ ਵਨ ਡੇ ਵਿਦ ਅ ਸੈਲਿਬ੍ਰਿਟੀ, ਇੱਕ ਪੂਰਾ ਦਿਨ ਸੈਲਿਬ੍ਰਿਟੀ ਦੇ ਨਾਲ। ਪੂਰੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਮੈਂ ਆਵਾਂਗੀ ਹਵਾ ਬਣ ਕੇ। ਕਿਸਾਨ ਕਦੇ ਝੂਠ ਬੋਲ ਹੀ ਨਹੀਂ ਸਕਦੇ, ਮੈਨੂੰ ਇੱਦਾਂ ਲੱਗਦਾ, ਕਿਉਂਕਿ ਉਹੀ ਸਾਨੂੰ ਰੋਟੀ ਦਿੰਦੇ ਨੇ, ਹੈ ਨਾ। ਜੇ ਉਹੀ ਨਹੀਂ ਹੋਣਗੇ, ਜੇ ਉਹਨਾਂ ਦੀ ਚੀਜ਼ ਟਰੰਪ ਦੀ ਕਾਲ ਆਈ, ਠੀਕ ਹੈ, मैं चक लिया, मैं बिजी सी पर मैं चक लिया, मैं कहा चलो कोई नहीं चक लेने, छोटा मोटा ही बंदा अपना। बहुत 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 वेट किया इस दिन के लिए, बहुत ज़्यादा वेट किया है। जितनी ट्रैफिक से हम निकल के आते थे ना, मतलब भगवान का शुक्र। वेलकम टू अवर शो, ਕਿੰਨਾ ਦਾ ਲੱਗਦਾ ਸਾਡੇ ਸ਼ੋਅ ਦੇ ਵਿੱਚ ਆ ਗਿਆ? ਬਹੁਤ ਬਹੁਤ ਵਧੀਆ, ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਤੇ ਅੱਜ ਮੈਨੂੰ ਦਿੱਤਾ, ਇਹ ਤੋਂ ਵੱਧ ਕੀ ਹੋਰ ਕੀ ਹੋਊਗਾ। ਅੱਛਾ ਸਰਪ੍ਰਾਈਜ਼, ਸ਼ੌਕਿੰਗ। ਓਹ ਬਹੁਤ, ਤੁਸੀਂ ਬਿਨਾਂ ਦੱਸੇ ਆ ਗਏ, ਮੈਨੂੰ ਕੋਈ ਆਈਡੀਆ ਨਹੀਂ ਸੀ, ਬਿਲਕੁਲ ਵੀ ਨਹੀਂ ਸੀ। ਹੁਣ ਠੀਕ ਹੋ? ਠੀਕ ਲੱਗ ਰਿਹਾ? ਬਿਲਕੁਲ। ਅੱਛਾ, ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਹੈਪੀ ਨਿਊ ਈਅਰ। हैप्पी न्यू ईयर सारिया नू, हैप्पी न्यू ईयर, ते आने वाला साल सब दे लई बहुत वधिया होवे, तुहाडे लई भी खासकर। सो मच। 2020 दे विच जो कुछ भी होया, हां जी, पैंडेमिक होई, जो भी होया, सानू भुल जाना चाहीदा। अज नवे साल दा पहला दिन आ, हां जी, 1 जनवरी आ, ते मेरे ख्याल आपां पिछला पास्ट भुल के जो साडा फ्यूचर आ आपां आपां नू ओहदे बारे सोचना चाहीदा। बिल्कुल बिल्कुल बिल्कुल। अच्छा रितिका जी, हां जी, तुसीं अपना करियर एज एन एक्ट्रेस किद्दां स्टार्ट कीता? ਪਹਿਲਾਂ ਤਾਂ ਮੈਂ ਇੰਨਾ ਹੀ ਕਹਾਂਗੀ, ਮਤਲਬ ਸਟਾਰਟ ਮੈਂ ਸਕੂਲ ਟਾਈਮ ਤੋਂ ਹੀ ਕਰਤਾ ਸੀ, ਸਕੂਲ ਟਾਈਮ ਵੀ ਨਹੀਂ, ਬਚਪਨ ਤੋਂ ਹੀ, ਕਿਉਂਕਿ ਪਾਪਾ ਇਸ ਲਾਈਨ 'ਚ ਸੀਗੇ, ਤਾਂ ਬਸ ਫਿਰ ਉੱਥੋਂ ਸਟਾਰਟ ਹੋ ਗਿਆ। ਪਾਪਾ ਥੀਏਟਰ ਕਰਦੇ ਸੀ, ਉਹਨਾਂ ਨੂੰ ਵੇਖ ਵੇਖ ਕੇ ਮਤਲਬ ਇੱਦਾਂ ਲੱਗਿਆ ਕਿ ਯਾਰ ਮੈਂ ਵੀ ਇਹੀ ਕਰਨਾ। ਪੜ੍ਹਾਈ 'ਚ ਕਦੇ ਧਿਆਨ ਹੀ ਨਹੀਂ ਲੱਗਿਆ, ਲੱਗਦਾ ਹੀ ਨਹੀਂ ਸੀ ਕਿ ਪੜ੍ਹਾਈ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ। ਮੈਨੂੰ ਤਾਂ ਖਾਸ ਕਰ ਬਿਲਕੁਲ ਵੀ ਨਹੀਂ। ਤਾਂ ਬਸ ਫਿਰ ਥੀਏਟਰ ਸ਼ੁਰੂ ਕੀਤਾ ਪਾਪਾ ਨਾਲ ਹੀ, ਫਿਰ ਬਾਹਰ ਵੀ ਕੀਤਾ ਅਤੇ ਸਕੂਲ 'ਚ ਪਲੇ ਕੀਤੇ। ਬਸ ਫਿਰ ਉੱਥੋਂ ਇੱਦਾਂ ਦਾ ਕੀੜਾ ਲੱਗਿਆ ਕਿ ਬਸ ਐਕਟਿੰਗ ਹੀ ਕਰਨੀ ਹੈ, ਹੋਰ ਕੁਝ ਕਰਨਾ ਹੀ ਨਹੀਂ ਹੈ। ਅੱਛਾ, ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਦੇ ਪਾਪਾ ਕੌਣ ਆ, ਆਹ ਪਿੱਛੇ ਫੋਟੋ ਚੱਲ ਰਹੀ ਇੱਕ, ਦੇਖ ਲਓ ਆਪਣੇ ਆਪ, ਮੁਕੇਸ਼ ਚੰਦੇਲੀਆ ਜੀ। ਉੱਪਰ ਇੱਕ ਆਈ ਬਟਨ ਆ, ਜੇ ਤੁਸੀਂ ਉਹਨਾਂ ਦੀ ਵੀਡੀਓ ਇੰਟਰਵਿਊ ਦੇਖਣਾ ਚਾਹੁੰਦੇ ਹੋ ਤਾਂ ਉੱਪਰ ਆਈ ਬਟਨ 'ਤੇ ਪ੍ਰੈਸ ਕਰਕੇ ਤੁਸੀਂ ਇੰਟਰਵਿਊ ਦੇਖ ਸਕਦੇ ਹੋ। ਅੱਛਾ, ਹਾਂਜੀ, ਕੰਟੀਨਿਊ। ਬਸ ਫਿਰ ਉੱਥੋਂ ਕੀੜਾ ਲੱਗਿਆ ਅਤੇ ਫਿਰ ਸੋਚ ਲਿਆ ਅਸੀਂ ਐਕਟਿੰਗ ਹੀ ਕਰਨੀ ਹੈ, ਹੋਰ ਤਾਂ ਕੁਝ ਕਰਨਾ ਹੀ ਨਹੀਂ ਹੈ। ਬਸ ਸ਼ੁਰੂ ਹੋ ਗਈ ਫਿਰ ਐਕਟਿੰਗ ਲਾਈਨ 'ਚ। ਓਕੇ, ਤਾਂ ਦੈਨ ਕੰਟੀਨਿਊ ਹੋ ਗਿਆ ਤੁਹਾਡਾ ਪਹਿਲਾ ਟ੍ਰੇਨਿੰਗ? ਹਾਂਜੀ, ਪਹਿਲਾਂ ਸਕੂਲ 'ਚ ਪਲੇ ਕੀਤੇ, ਫਿਰ ਥੀਏਟਰ ਕੀਤਾ ਅਤੇ ਹੁਣ ਬਸ ਇਸ ਲਾਈਨ 'ਚ। ਚਲੋ, ਆਪਾਂ ਚਾਹੁੰਦੇ ਹਾਂ ਦਿਨ ਰਾਤ ਤਰੱਕੀ ਕਰੋ ਤੁਸੀਂ, ਹੈ ਨਾ। ਹਾਂਜੀ। ਉਸ ਤੋਂ ਬਾਅਦ ਸੀਜੂ ਦੀ ਕੀ ਕਹਾਣੀ ਆ?
ਤੁਸੀਂ ਉੱਥੇ ਮੈਂ ਸੁਣਿਆ ਸ਼ਾਰਟ ਮੂਵੀਜ਼ ਵੀ ਕੀਤੀਆਂ ਉੱਥੇ ਤੁਸੀਂ ਹਾਂਜੀ ਸੀਯੂ ਹਾਂਜੀ ਸੀਯੂ ਚ ਮੈਂ ਦੋ ਪ੍ਰੋਜੈਕਟ ਕੀਤੇ ਆ ਮੈਂ ਅੱਛਾ ਹਾਂਜੀ ਤੁਸੀਂ ਪੜ੍ਹਦੇ ਸੀ ਜਾਂ ਫਿਰ ਮੈਂ ਪੜ੍ਹਦੀ ਨਹੀਂ ਸੀ ਮੈਨੂੰ ਆਫਰ ਹੋਏ ਸੀ ਅੱਛਾ ਤੇ ਹਾਂਜੀ ਉਹਨਾਂ ਦੇ ਸਟੂਡੈਂਟ ਪ੍ਰੋਜੈਕਟ ਸੀਗੇ ਤਾਂ ਦੋ ਕੀਤੇ ਆ ਮੈਂ ਓਕੇ ਓਕੇ ਕਿਹੜੇ ਕਿਹੜੇ ਆ ਇੱਕ ਦਾ ਨਾਮ ਗਵਾਰ ਹੈ ਤੇ ਇੱਕ ਦਾ ਨਾਮ ਹੈ ਟੁੱਟੀਆਂ ਟਹਿਣੀਆਂ ਟੁੱਟੀਆਂ ਟਹਿਣੀਆਂ ਹਾਂਜੀ ਓਕੇ ਤੁਸੀਂ ਉੱਥੇ ਐਜ਼ ਐਨ ਐਕਟ੍ਰੈਸ ਹਾਂਜੀ ਹਾਂਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਪਲੇ ਡਾਇਰੈਕਟ ਵੀ ਕੀਤੇ ਹੋਏ ਆ ਹਾਂਜੀ ਮੈਂ ਇੱਕ ਪਲੇ ਡਾਇਰੈਕਟ ਕੀਤਾ ਤੇ ਉਹ ਬਹੁਤ ਵਧੀਆ ਰਿਹਾ ਤੇ ਬਸ ਮੈਂ ਉਹਨੂੰ ਭੁੱਲ ਨਹੀਂ ਸਕਦੀ ਉਹ ਪਹਿਲਾ ਸੀਗਾ ਤੇ ਉਹ ਸ਼ਾਇਦ ਉਹ ਬਹੁਤ ਖਾਸ ਹੈ ਮੇਰੇ ਲਈ ਬਹੁਤ ਬਹੁਤ ਅੱਛਾ ਸੀ ਜੋ ਅਸੀਂ ਕਰ ਹਾਂਜੀ 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 ਲਾਈਫ ਟਾਈਮ ਮੈਮਰੀ ਹੋ ਜਾਂਦੀ ਬਿਲਕੁਲ ਬਿਲਕੁਲ ਅੱਛਾ ਰਿਤਿਕਾ ਜੀ ਅਪਕਮਿੰਗ ਪ੍ਰੋਜੈਕਟਸ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕਿਹੜੇ ਕਿਹੜੇ ਆ ਜਿਹੜੇ ਸਾਨੂੰ ਅਸੀਂ ਜਲਦੀ ਦੇਖ ਸਕਦੇ ਹਾਂ ਹਾਂਜੀ ਮੈਂ ਦੋ ਫਿਲਮਾਂ ਕਰ ਰਹੀ ਮਤਲਬ ਕਰ ਲਈਆਂ ਨੇ ਆਣੀਆਂ ਨੇ ਅੱਛਾ ਕੀ ਬਾਤ ਤੇ ਇੱਕ ਕਰ ਲਈ ਹੈ ਇੱਕ ਰਸਤੇ 'ਚ ਹਾਂਜੀ 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 ਇੱਕ ਹੈ BA ਪਾਸ 3 ਤੇ ਇੱਕ ਹੈ ਕੋਬਲਰ ਹਾਂਜੀ ਵਰਾਜ ਭਾਜੀ ਦੀ ਹਾਂਜੀ ਹਾਂਜੀ ਬਿਲਕੁਲ 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 ਉਹਨਾਂ ਦੀ BA ਪਾਸ 3 ਦੇ ਬਾਰੇ ਕੁਝ ਕਿੱਦਾਂ ਪ੍ਰੋਜੈਕਟ ਮਿਲਿਆ ਤੁਹਾਨੂੰ ਹਾਂਜੀ ਹਾਂਜੀ ਮੇਰੇ ਡੈਡੀ ਕਰ ਰਹੇ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਡੀਸ਼ਨ ਦੇਣਾ ਇੱਕ ਤੇ ਫਿਰ ਬਸ ਮੈਨੂੰ ਇਦਾਂ ਸੀ ਕਿ ਯਾਰ ਆਡੀਸ਼ਨ ਕੀ ਦੇਣਾ ਕੁਝ ਬਣਦਾ ਤਾਂ ਹੈ ਨਹੀਂ ਹੈ ਕਿੰਨੇ ਹਜ਼ਾਰੋਂ ਬੱਚੇ ਜਾਂਦੇ ਹੈ ਕੁਝ ਨਹੀਂ ਬਣਦਾ ਉਹਨਾਂ ਨੇ ਫੋਰਸ ਕੀਤਾ ਮੈਂ ਆਡੀਸ਼ਨ ਦਿੱਤਾ ਤਾਂ ਫਿਰ ਮੈਨੂੰ 2 ਦਿਨ ਬਾਅਦ ਕਾਲ ਆ ਗਈ ਸੀ ਯੂ ਆਰ ਸਿਲੈਕਟਿਡ ਤੋ ਵਹਾਂ ਸੇ ਵੋ ਮਿਲਾ ਤੋ ਸ਼ੂਟ ਕੀਆ ਸਭ ਅੱਛਾ ਰਹਾ ਸਭ ਕੁਛ ਤੋ ਮੁਝੇ ਥੋੜ੍ਹਾ ਵਹਾਂ ਸੇ ਹੁਆ ਕਿ ਠੀਕ ਹੈ ਆਡੀਸ਼ਨ ਦੇਣੇ ਸੇ ਮਿਲ ਜਾਤਾ ਹੈ ਕੰਮ ਹਾਂਜੀ ਹਾਂਜੀ ਕੋਬਲਰ ਕੋਬਲਰ ਕਾ ਵੀ ਸੇਮ ਯਹੀ ਸੀਨ ਥਾ ਅੱਛਾ ਆਡੀਸ਼ਨ ਦਿੱਤਾ ਹਾਂਜੀ 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 ਪ੍ਰੋਸੈਸ ਜਿਹੜਾ ਇਹ ਨਹੀਂ ਕਿ ਮੁਕੇਸ਼ ਚੰਦ ਲੈ ਲਿਆ ਜੀ ਦੀ ਬੇਟੀ ਆ ਬਿਲਕੁਲ ਨਹੀਂ ਐਦਾਂ ਦਾ ਕੋਈ ਨਹੀਂ ਹੈਗਾ ਮਤਲਬ ਜੋ ਜੋ ਰੂਲ ਹੁੰਦਾ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ ਤੁਸੀਂ ਉਹਨੂੰ ਪਾਸ ਕਰਕੇ ਤੁਹਾਨੂੰ ਸਿਲੈਕਸ਼ਨ ਹੋਈ ਹਾਂਜੀ 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 ਆਡੀਸ਼ਨ ਦਿੱਤਾ ਬਿਲਕੁਲ ਤੇ ਕਦੀ ਆਪਣੇ ਆਪ ਅੰਦਰ ਮਾਣ ਮਹਿਸੂਸ ਹੁੰਦਾ ਕਿ ਮੇਰੇ ਫਾਦਰ ਮੁਕੇਸ਼ ਚੰਦ ਲੈ ਲਿਆ ਜੀ ਅੱਛੇ ਬਹੁਤ ਅੱਛੇ ਐਕਟਰ ਆ ਮੇਰੇ ਵੀਰੇ ਅੱਛੇ ਦੋਸਤ ਆ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੇਰੇ ਅੱਛੇ ਦੋਸਤ ਆ ਤੇ ਤੁਹਾਨੂੰ ਕਦੀ ਹੋਇਆ ਪ੍ਰਾਊਡ ਫੀਲਿੰਗ ਕਿ ਬਿਲਕੁਲ ਮੁਕੇਸ਼ ਚੰਦ ਲੈ ਲਿਆ ਜੀ ਦੀ ਬੇਟੀ ਬਿਲਕੁਲ ਜਿੰਨੇ ਵੀ ਬੰਦੇ ਮੇਰੇ ਡੈਡੀ ਨੂੰ ਜਾਣਦੇ ਨੇ ਜੋ ਉਹਨਾਂ ਨੂੰ ਮਿਲਦੇ ਨੇ ਸਭ ਜਾਣਦੇ ਆ ਅੱਛੇ ਆ ਬਹੁਤ ਅੱਛੇ ਆ ਦੂਸਰੋਂ ਕੇ ਲਈ ਵੀ ਬਹੁਤ ਕਰਤੇ ਹੈ ਬਿਲਕੁਲ ਤੋ ਮੁਝੇ ਵੀ ਅੱਛਾ ਲੱਗਤਾ ਕਿ ਹਾਂ ਮੇਰੇ ਪਾਪਾ ਹੈ ਮੇਰੇ ਖਿਆਲ ਨਾਲ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਤੁਸੀਂ ਇੰਡਸਟਰੀ ਨਾਲ ਜੁੜੇ ਹੋਏ ਹੋ ਮੈਨੂੰ ਲੱਗਦਾ ਕਿ ਮੈਂ ਕੁਐਸਚਨ ਕਰ ਸਕਦਾ ਤੁਹਾਨੂੰ ਵਨ ਥਿੰਕ ਯੂ ਵਾਂਟ ਟੂ ਚੇਂਜ ਇਨ ਪੰਜਾਬੀ ਫਿਲਮ ਇੰਡਸਟਰੀ ਉਹ ਕਿਹੜੀ ਗੱਲ ਤੁਸੀਂ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਚੇਂਜ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਬਹੁਤ ਔਖਾ ਸਵਾਲ ਹੈ ਪਰ ਮੈਂ ਜ਼ਰੂਰ ਇਹਨੂੰ ਦੱਸਣਾ ਚਾਹੂੰਗੀ ਜੋ ਮੈਨੂੰ ਮਤਲਬ ਫੀਲ ਹੁੰਦਾ ਹੈ ਪੰਜਾਬੀ ਇੰਡਸਟਰੀ 'ਚ ਇੱਦਾਂ ਹੈ ਕਿ ਜਿਹੜੇ ਆਰਟਿਸਟ ਨੇ ਨਾ ਉਹ ਸਾਰੀ ਫਿਲਮਾਂ 'ਚ ਰਿਪੀਟ ਹੁੰਦੇ ਨੇ ਜੋ ਪੁਰਾਣੇ ਆਪਾਂ ਦੇਖਦੇ ਆ ਰਹੇ ਨਾ ਉਹੀ ਰਿਪੀਟ ਹੁੰਦੇ ਨੇ ਨਿਆਂ ਨੂੰ ਮੌਕਾ ਹੀ ਨਹੀਂ ਮਿਲਦਾ ਜਿੰਨੇ ਵੀ ਆਪਣਾ ਯੂਥ ਹੈ ਉਹ ਆ ਹੀ ਨਹੀਂ ਪਾਉਂਦੇ ਅੱਗੇ ਤਾਂ ਮੇਰਾ ਇਹੀ ਕਹਿਣਾ ਹੈ ਕਿ ਉਹ ਸਭ ਬੰਦ ਹੋ ਕੇ ਨਵੇਂ ਚਿਹਰੋਂ ਕੋ ਲੈ ਕੇ ਆਏ ਔਰ ਉਨਕੋ ਲਾਂਚ ਕਰੇ ਬਿਲਕੁਲ ਉਨਕੋ ਮੌਕਾ ਮਿਲੇ ਆਨੇ ਕਾ ਟੀਵੀ ਪੇ ਕਿਉਂਕਿ ਬਹੁਤ ਸਾਰਾ ਟੈਲੈਂਟ ਹੈ ਜੋ ਅਭੀ ਤੱਕ ਸਾਹਮਣੇ ਹੀ ਨਹੀਂ ਆਇਆ ਹੈ ਤੋ ਬਸ ਮੈਂ ਇੱਕ ਇਹੀ ਚੀਜ਼ ਹੂੰ ਜੋ ਮੈਂ ਚੇਂਜ ਕਰਨਾ ਚਾਹੂੰਗੀ ਮੇਰੇ ਖਿਆਲ ਨਾਲ ਬਹੁਤ ਅੱਛੀ ਗੱਲ ਕਹੀ ਹੈ ਇਹਨਾਂ ਨੇ ਕਿ ਨਵੇਂ ਟੈਲੈਂਟ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਉਹੀ ਰਿਪੀਟ ਅਸੀਂ ਬਹੁਤ ਕਿਉਂਕਿ ਮੈਂ ਪੰਜਾਬੀ ਫਿਲਮ ਦੀ ਮੈਂ ਆਡੀਅੰਸ ਨਹੀਂ ਹੈਗਾ ਮੈਂ ਬਹੁਤ ਘੱਟ ਦੇਖਦਾ ਦੇਖਣ ਲਾਇਕ ਹੈ ਨਹੀਂ ਕੁਛ ਉੱਥੇ ਵੈਸੇ ਅਤੇ ਫਿਰ ਵੀ ਜਿੰਨੀਆਂ ਕਿ ਮੈਂ ਦੇਖਦਾ ਉਹੀ ਰਿਪੀਟਡ ਹੁੰਦੇ ਸਾਰੇ ਕੁਛ ਨਵਾਂ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਅੱਛਾ ਰਿਤਿਕਾ ਜੀ ਜੇਕਰ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਜ਼ ਐਨ ਐਕਟਰਸ ਨਹੀਂ ਇਸਟੈਬਲਿਸ਼ ਹੁੰਦੇ ਤਾਂ ਤੁਸੀਂ ਕੀ ਹੁੰਦੇ ਸਿੰਗਰ ਓਹੋ ਕਿਆ ਬਾਤ ਹੈ ਸਿੰਗਰ ਤਾਂ ਫਿਰ ਦੋ ਲਾਈਨਾਂ ਜ਼ਰੂਰ ਹੋਣ ਬਿਲਕੁਲ ਅੱਜ ਮੈਂ ਮੇਰਾ ਸਵੇਰੇ ਸੀਨ ਸੀ ਉਹਦੇ 'ਚ ਮੈਂ ਗਾਣਾ ਗਾ ਰਹੀ ਸੀ ਤੇ ਮੈਂ ਉਹੀ ਸੁਣਾ ਦਿੰਦੀ ਹਾਂ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਮੈਂ ਆਵਾਂਗੀ ਹਵਾ ਬਣ ਕੇ ਬੂਹੇ ਬਾਰੀਆਂ ਹੈ ਬੂਹੇ ਬਾਰੀਆਂ ਥੈਂਕ ਯੂ ਇੱਕ ਕਲੈਪਿੰਗ ਤਾਂ ਬਣਦੀ ਆ ਥੈਂਕ ਯੂ ਅੱਛਾ ਗਾਇਆ ਤੁਸੀਂ ਸਾਡਾ ਅਗਲਾ ਰਾਊਂਡ ਹੈਗਾ ਗੱਪ ਰਾਊਂਡ ਤੁਸੀਂ ਇੱਥੇ ਨਾ ਸਾਨੂੰ ਬਹੁਤ ਵੱਡੀ ਗੱਪ ਸੁਣਾਉਣੀ ਹੈ ਕੋਈ ਉਹ ਕਿਹੜੀ ਗੱਪ ਸੁਣਾਓਗੇ ਤੁਸੀਂ ਦੇਖ ਲਓ ਮੈਂ ਤੁਹਾਨੂੰ ਦੱਸਦੀ ਹਾਂ ਮੈਨੂੰ ਕੱਲ੍ਹ ਪਰਸੋਂ ਨਾ ਟਰੰਪ ਦੀ ਕਾਲ ਆਈ ਠੀਕ ਹੈ
मैं चक लिया, मैं बिजी सी पर मैं चक लिया। मैं क्या चलो कोई नहीं चक लैंदे हैं, छोटा मोटा ही बंदा अपना। मैं फोन चकिया तो वह मैनू कहता आ नेड़े जिहड़ा खरड़ वाला पुल है वह चल पिया। मैं पहले विश्वास ही नहीं कर किया। मैं क्या चलो ठीक है। फिर जब मैं शाम नू उत्थे गई मैं वेख्या वह बंद सी। हाँ जी। अच्छा। मैं फिर मैं क्या चलो अगली बार तो ना फोन ही नहीं चकना, झूठ बोलिया मेरे नाल। फिर कॉल आई, मैं फिर चुकी, वो कहते खुल गया है जी। मैं जाके वेखिया वो सच्ची खुल गया सी। अच्छा। ठीक है। मैं उत्थे फिर भंगड़ा पाता उत्ते जाके, फ्लाईओवर ऊपर जाके, उत्ते जाके जी, उत्ते जाके भंगड़ा पाता। जेडे लोग जान डे ही है ना उन्होंने मैनू देख के ना कहा असं भी भंगड़ा पाना चाहते हैं। ठीक है। तो फिर उन्होंने मेरे नाल भंगड़ा पाया तो असं सारे फिर उतो वापस आ गए। बस इन्नी गप है। बहुत 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 वेट किया इस दिन के लिए। बहुत ज़्यादा बहुत ज़्यादा वेट किया है। जितनी ट्रैफिक से हम निकल के आते थे ना मतलब भगवान का शुक्र है कि वो पुल खोल दिया उन्होंने। जॉक्स बहुत बन गए थे ऊपर। बहुत ज्यादा बहुत ज्यादा नहीं यार। हां जी हां जी। लोग तैयार हो के अंदर आनंदपुर तक खरड़ पहुंच दे थे। हां जी। ट्रैफिक जो है पसीने नाल फिर खराब हो जाता है। फिर साडे नाल ही हुंदा सी एदा। अच्छा। असी बनठन के निकलना खरड़ टपना बस वही हाल बुरा हाल। चलो जो भी है रब सुनदा हर एक दी। हां जी। करके फ्लाईओवर चल पे। अच्छा चलो ये सीगा साडा गप राउंड। बहुत अच्छा तुसी मैनेज किया इस चीज़। बहुत औखा सी मेरे लिए। बहुत ज़्यादा एक्टिंग तो औखा हो गया। अच्छा रितिका जी जिहड़ा अज दा जिहड़ा टाइम चल रहा है। हाँ जी। किसान अंदोलन की जेकर गल करा मैं पहली गल तो असीं सारे सपोर्ट करते मेरे ख्याल तुसी भी सपोर्ट करते हो। बिल्कुल। तो सानूं तुहानूं की लगता कि जिहड़े किसानां दी गल्लां है वो सही है? बिल्कुल। किसान कदे झूठ बोल ही नहीं सकते मैनूं इदां लगता है क्योंकि उही सानूं रोटी देंदे ने है ना। जे उ नहीं होंगे जे उन्हों की चीज़ा ही नहीं हो फिर आप करेंगे। मैं ये लगता है कि सरकार ना उन्हों की सुननी चाहती है, उन्होंने उन्हों की पूरी गल सुन तो उन्होंने जो भी मांगा ने वह पूरी कर। जो भी मांग करते हैं ना वो साढ़े लिए है, उन्होंने लिए नहीं है, वो सब कुछ साढ़े लिए कर रहे ने। बिल्कुल। तो मैं लगता है कि उन्होंने मन लेना चाहिए तो उन्होंने इन्ना दुखी ना करन जिन्ना वो दुखी हो रहे ने उत्थे। बिल्कुल बिल्कुल। बहुत ठंड है, बहुत ज़्यादा। सरकार नू यही अपील है कि उन्हों की मांगा मन जान जो भी वो मांगते ने। हुण तां सारी दुनिया नाल हो गई वैसे कि। बिल्कुल। वो नहीं मानदे सरकार नहीं मानदी बस। अच्छा चलो कोई गल नहीं, दुआ करते हैं कि जल्दी तो जल्दी साड़ी जिहड़ी सरकार है साड़े किसानां दीआं मंगां जरूर मन्ने ते फिर साडा देश खुशहाल हो जाए। चलो आप रैपिड फायर राउंड खेलते हैं। ठीक है जी। इतना कुछ वो आ गए ग्राफिक्स तुम उन्होंने सू दसना कि फेवरेट एक्टर है कि सिंगर है कुछ भी अभी पूछा। ठीक है जी। हुण देखते हैं सब तो पहला किहड़े ग्राफिक्स आ रहे हैं साढ़े। सब तो पहला है फेवरेट एक्टर। ठीक है। गिप्पी गरेवाल भाजी, शाहिद कपूर, वरुण धवन। अगे एक सरप्राइज है जो तुसी जो उसनु तुसी सिलेक्ट करोगे ना आप पार्टी करांगे। मैं मुकेश भाई नु भी कीती सी पार्टी। ठीक है। फिर ओनु डिस्क्लोज करो। बिल्कुल। ओ हैगा मेरा ते थोड़े पापा दा फेवरेट सलमान खान। ओहो मैं भी ओही बोलना सी फिर। मेरी भी ओही ने फेवरेट सलमान खान। हां जी सलमान खान। कलर टिक करोगे। हां जी पार्टी दा बणदी होवे। बिल्कुल। चलो नेक्स्ट हैगा फेवरेट फ्यूरियन। हां जी। सोनम बाजवा, आलिया भट्ट जी, जां कैटरीना कैफ। सोनम बाजवा। क्या बात है। पंजाबी। हाँ जी। अच्छा फेवरेट कंट्री इंडिया तो इलावा केड़ी? ठीक है। दुबई, लंदन या फिर कनाडा? लंदन। लंदन क्यों? अंग्रेजा दा शहर है, वेखना बनदा एक बार। इन्नी दहशत पा के गए ने इत्थे। अच्छी सोच है तुहाडी। हाँ जी। ए तो पता लगदा थिएटर कीता है। अच्छा लास्ट जड़ा रैपिड फायर राउंड हैगा फेवरेट सिंगर। हाँ जी। नुसरत फतेह अली खान, दलजीत साहब। हाँ जी। राहत फतेह अली खान या हरमन चीमा? राहत।
मैं सब तो पहला था थैंक यू बोलना की तुहानू कि तुसी आए लग गया ही नहीं इंटरव्यू हो रही है सच्ची मतलब ऐदा लग रहा है कि आपां नॉर्मल गल्लां बातां कर रहे हैं बहुत वधिया लग्या मैनू बहुत बहुत वधिया जांदे जांदे साडी ऑडियंस लई कोई मैसेज देना चाहुंदे हो क्योंकि अज न्यू ईयर दा मौका भी हैगा अज हां जी हां जी न्यू ईयर फर्स्ट डे अज नवे साल दा 2021 दा 1 जनवरी आ कोई मैसेज देना चाहोगे तां हां जी अपने फैंस नु भी साडी ऑडियंस नु भी सारेयां लई हाँ जी मेरा एक ही मैसेज रहूगा तो वो ये है कि बहुत ज़्यादा पॉजिटिव रहो क्योंकि टाइम जो आ रहा है ना वो थोड़ा सा औखा ही है पर पॉजिटिव बने रहो तो सच्चे बने रहो किसी का दिल ना दिखाओ तो बहुत सारी मस्ती करो बस मैं बहुत वधिया लग गया जिन्हें सोहने दिखते ने दिल दे भी बहुत सोहने ने हरपिंदर जी अपने हरपिंदर भाजी का चैनल सबसक्राइब करो शेयर करो लाइक करो और दहशत पा दो उन्होंने चैनल पर नए साल के मौके पर बहुत सारे लोग थोड़े नाल जुड़न ठीक है बस यही दुआ रहूगी तो सानू भी देखण उत्थे लोग भाजी बहुत वधिया एक्टर ने बहुत सोहने दिखते भी ने तो इंसान भी बहुत वधिया ने जिन्नी भी गलबात हुई मैं बहुत वधिया लग्या थोड़े नाल गल करके तो मैं फिर चाहांगी तुसी इदा ही आओ तो इदा ही गल्लां बातां करो ये सी पंजाबी फिल्म एक्ट्रेस रितिका चंदेलिया जी तुसी इन्हां दी गल्लां बातां सुनियां उम्मीद करदा तुहानूं पसंद आईयां हो इसे तरह की होर फिल्मी हस्तियों के नाल मुलाकात करन दे लई साडा चैनल लाइक शेयर एंड सबसक्राइब जरूर करो तो एक बार फिर तो मेरे सारे दर्शकों नूं मेरे वल्लों ते मेरी टीम वल्लों हैप्पी न्यू ईयर तद तक तुसी अपना ख्याल रखो अपने बच्चों का ख्याल रखो जय हिंद।